ਗਲੇ ਕੱਟੇ ਜਾ ਰਹੇ ਨੇ, ਘਰਾਂ 'ਚ ਲੋਕ ਦਫ਼ਨ ਕਰਦੇ ਪਏ ਨੇ ਕਿਉਂਕਿ ਬਾਹਰ ਨਿਕਲਣ ਨਹੀਂ ਦਿੰਦੇ, ਜਨਾਜ਼ਿਆਂ 'ਤੇ ਗੋਲੀਆਂ ਵੱਜਦੀਆਂ ਨੇ, ਘਰਾਂ 'ਚ ਲੋਕ ਮਰੀ ਜਾਂਦੇ ਨੇ ਬਿਮਾਰੀ, ਨਾ ਦਵਾਈਆਂ ਨਾ ਖੁਰਾਕ, ਬੱਚੇ ਤੜਪ ਤੜਪ ਕੇ ਮਰਦੇ ਪਏ ਨੇ, ਲੋਕ ਘਰਾਂ 'ਚ ਹੀ ਨੱਪੀ ਜਾਂਦੇ ਨੇ ਕਸ਼ਮੀਰ ਅੰਦਰ। ਅਤੇ ਬਸ ਇੱਥੇ ਅਸੀਂ ਜਾਵਾਂਗੇ ਜੀ, ਜਾਵਾਂ ਕਿੰਨਾ ਕੋਲ, ਜਿਨ੍ਹਾਂ ਦੇ ਇਸ਼ਾਰੇ 'ਤੇ ਇਹ ਦੁਨੀਆ ਦਾ ਗਲੀਜ਼ ਤਰੀਨ ਇਨਸਾਨ ਜ਼ੁਲਮ ਢਾ ਰਿਹਾ ਮੁਸਲਮਾਨਾਂ 'ਤੇ, ਉਹਨਾਂ ਕੋਲ ਜਾਵਾਂਗੇ ਅਸੀਂ ਭੀਕ ਮੰਗਣ ਵਾਸਤੇ। ਜਾਓ ਮੰਗਦੇ ਹੋ ਦੁਨੀਆ ਜਾਣਦੇ ਹੋ, ਹੋਏ ਕਸ਼ਮੀਰ ਇਹ ਅਫਗਾਨਿਸਤਾਨ ਅੰਦਰ ਰੂਸ ਆਇਆ, ਉਹਨਾਂ ਨੇ ਕਿਸੇ ਤੋਂ ਭੀਕ ਮੰਗੀ, ਇਹਤਜਾਜ ਕੀਤਾ ਇੱਕ ਦਿਨ, ਇੱਕ ਦਿਨ ਇਹਤਜਾਜੀ ਜਲੂਸ ਕੱਢਿਆ ਉਹਨਾਂ ਨੇ, ਹੜਤਾਲਾਂ ਕੀਤੀਆਂ ਨੇ, ਬੋਲਦੇ ਨੇ, ਲੇਕਿਨ ਟੁਕੜੇ ਟੁਕੜੇ ਕਰ ਦਿੱਤੇ ਉਸ ਜਵਾਨਾਂ ਨੇ, ਮੁਜਾਹਿਦਾਂ ਨੇ। ਆਹ ਜਿੱਥੇ ਜਿਹਾਦ ਦੀ ਲੋੜ ਪਵੇ ਉੱਥੇ ਹੜਤਾਲਾਂ ਤੇਰੀਆਂ ਕੰਮ ਨਹੀਂ ਦਿੰਦੀਆਂ, ਉੱਥੇ ਰੌਲਾ ਪਾਣਾ ਕੰਮ ਨਹੀਂ ਦਿੰਦਾ। ਹਾਂ ਹਾਂ ਉਹ ਵਕਤ ਗੁਜ਼ਰ ਚੁੱਕਿਆ ਹੈ ਹੜਤਾਲਾਂ ਦਾ, ਅੱਲਾਹ ਅਕਬਰ ਅੱਲਾ। ਅਤੇ ਹੁਣ ਫਿਰ ਉਸ ਤੋਂ ਬਾਅਦ ਦੁਨੀਆ ਦਾ ਬਿਫਰਿਆ ਹੋਇਆ, ਅਮਰੀਕਾ ਕਹਿੰਦਾ ਸੀ ਰੂਸ ਤੋਂ ਕੁਝ ਨਹੀਂ ਬਣਿਆ, ਅਤੇ ਮੇਰੀ ਦੋ ਦਿਨਾਂ ਦੀ ਮਾਰ ਹੈ, ਉਹ ਇੰਨੇ ਸਾਲ ਹੋ ਗਏ ਜ਼ਲੀਲ ਔਰ ਰਸਵਾ ਹੋ ਕੇ ਜਾ ਰਿਹਾ। ਦੱਸੋ ਅਫਗਾਨਿਸਤਾਨ ਦੇ ਲੋਕ ਜਿਹੜੇ ਪੂਰੀ ਦੁਨੀਆ ਦੇ, ਪੂਰੀ ਦੁਨੀਆ ਦੇ ਹੁਕਮਰਾਨਾਂ ਨਾਲ, ਪੂਰੀ ਦੁਨੀਆ ਦੀਆਂ ਫੌਜਾਂ ਦੇ ਨਾਲ, ਤਮਾਮ ਦੇ ਤਮਾਮ ਮੁਸਲਮਾਨ, ਮੈਂ ਮਹਿਸੂਸ ਨਾ ਕਰਿਆ ਜੇ ਹਾਂਜੀ, ਅਰਬਾਂ ਸਮੇਤ, ਅਰਬ ਹੁਕਮਰਾਨਾਂ ਸਮੇਤ ਤਮਾਮ ਦੁਨੀਆ ਦੇ ਮੁਸਲਮਾਨ ਹੁਕਮਰਾਨ, ਮੁਸਲਮਾਨ ਹਕੂਮਤਾਂ ਔਰ ਕਾਫਰ ਹਕੂਮਤਾਂ ਤੇ ਪਹਿਲੇ ਹੀ ਉਹਨਾਂ ਦੇ ਨਾਲ ਸਾਰੀ ਦੁਨੀਆ ਦੀਆਂ ਹਕੂਮਤਾਂ ਦਾ ਗੱਠਜੋੜ ਜੋੜ ਕੇ ਅਫਗਾਨਿਸਤਾਨ ਅੰਦਰ ਤਬਾਹੀ ਬਰਬਾਦੀ ਕਰਨ ਵਾਸਤੇ ਆਇਆ, ਲੇਕਿਨ ਕਿਸੇ ਦਾ ਕੁਛ ਵੀ ਨਹੀਂ ਬਣ ਸਕਿਆ। ਫਿਰ ਉੱਥੋਂ ਜ਼ਲੀਲ ਤੇ ਰਸਵਾ ਹੋ ਕੇ ਪੂਰੀ ਦੁਨੀਆ ਦੀ ਬੇਸ਼ਰਮੀ, ਪੂਰੀ ਦੁਨੀਆ ਦੀ ਇਨਸਲਟ ਔਰ ਬੇਇੱਜ਼ਤੀ ਚੱਟ ਕੇ ਜਾ ਰਿਹਾ। ਕਿਉਂ ਜੀ, ਪਤਾ ਲੱਗ ਗਿਆ ਇਸ ਕੰਮ ਦੀ ਜ਼ਰੂਰਤ ਹੈ, ਹੁਣ ਇਸ ਕੰਮ ਦੀ ਜ਼ਰੂਰਤ ਹੈ ਕਸ਼ਮੀਰ ਅੰਦਰ। ਦੂਸਰਾ ਕੋਈ ਕੰਮ ਨਾ ਕਾਮਯਾਬ ਹੋਇਆ ਤੇ ਨਾ, ਭਾਵੇਂ 200 ਸਾਲ ਹੋਰ ਹੜਤਾਲਾਂ ਕਰੀ ਜਾਓ, ਕਰਵਾਈ ਜਾਓ, ਜ਼ਿਬਾ ਉੱਥੇ ਜ਼ਿਬਾ ਉਹਦੇ ਪੈਣੇ ਤੇ ਸੀ, ਜਾਵਾਂਗੇ ਜੀ ਉਹਨਾਂ ਕੋਲ ਜਿਨ੍ਹਾਂ ਦੇ ਇਸ਼ਾਰਿਆਂ 'ਤੇ ਜ਼ਿਬਾ ਕਰ ਰਹੇ ਨੇ ਬੱਚਿਆਂ ਨੂੰ, ਹਾਂਜੀ ਉਹਨਾਂ ਕੋਲ ਅਸੀਂ ਜੀ ਇਹਤਜਾਜ ਕਰਨ ਵਾਸਤੇ ਜਾਵਾਂਗੇ, ਉਹਨਾਂ ਕੋਲ ਇਹਤਜਾਜ ਰਿਕਾਰਡ ਕਰਾਵਾਂਗੇ, ਆਵਾਜ਼ ਬੁਲੰਦ ਕਰਾਂਗੇ। ਹੁਣ ਆਵਾਜ਼ ਬੁਲੰਦ ਕਰਨ ਦਾ ਵਕਤ ਨਹੀਂ, ਹੁਣ ਜਨਾਬ ਤੋਪਾਂ ਨੂੰ, ਮਿਜ਼ਾਈਲਾਂ ਨੂੰ ਬੰਦ ਕਰਨ ਦਾ, ਉਹ ਬੁਲੰਦ ਕਰਨ ਦਾ ਵਕਤ ਆ ਗਿਆ। ਹੈਂ, ਮਜੀਦ ਨਿਜ਼ਾਮੀ ਦੀ ਬਾਤ ਮੈਨੂੰ ਯਾਦ ਆਉਂਦੀ, ਕਹਿੰਦੇ ਨੇ ਜਾਓ ਅੱਜ ਕਰ ਲਓ ਕੱਲ੍ਹ ਕਰ ਲਓ, 100 ਸਾਲ ਬਾਅਦ ਕਰ ਲਿਆ ਜੇ, ਜਿੰਨੀ ਦੇਰ ਤੱਕ ਬੰਬ ਨਹੀਂ ਮਾਰਦੇ ਇੰਡੀਆ 'ਤੇ ਉੱਨੀ ਦੇਰ ਤੱਕ ਕਸ਼ਮੀਰ ਦਾ ਮਸਲਾ ਹੱਲ ਨਹੀਂ। ਜੀ ਬੜੀ ਤਬਾਹੀ ਬਚੇਗੀ, ਬੜੀ ਤਬਾਹੀ ਬਚੇਗੀ, ਅੱਲਾ ਦੇ ਬੰਦਿਆਂ ਤਬਾਹੀ ਨਹੀਂ ਮਚਣੀ, ਇਨਸ਼ਾਲਾ ਪੂਰੀ ਦੁਨੀਆ ਤੇ ਅਮਨ ਹੋ ਜਾਏਗਾ। ਇੱਕ ਵਾਰੀ ਮੁਸਲਮਾਨ 1.5 ਅਰਬ ਮੁਸਲਮਾਨ ਨੇ, 1.5 ਅਰਬ, ਹਾਂ, ਤੇ 1.5 ਅਰਬ ਦੇ ਵਿੱਚੋਂ 1 ਅਰਬ 48 ਕਰੋੜ 50 ਲੱਖ ਮੁਸਲਮਾਨ ਜਿਵੇਂ ਹੋ ਸੁੱਤੇ ਪਏ ਨੇ ਸੁੱਤੇ ਰਹਿਣ, 1.5 ਅਰਬ ਮੁਸਲਮਾਨਾਂ ਚੋਂ ਸਿਰਫ, ਹਾਂ ਜੇ 1.5 ਅਰਬ ਮੁਸਲਮਾਨਾਂ ਚੋਂ ਸਿਰਫ 1.5 ਕਰੋੜ ਮੁਸਲਮਾਨ ਉਹ ਆਪਣੇ ਮਰਨੇ ਦਾ ਆਜ਼ਮ ਕਰ ਲੈਣ, ਤੇ ਇਹ ਦਿਨ ਬਾਅਦ ਅੰਦਰ ਅੱਜ ਦਾ ਗਰੂਬ ਹੋਏਗਾ, ਪੂਰੀ ਦੁਨੀਆ ਤੇ ਮੁਸਲਮਾਨਾਂ ਦੀ ਅਜ਼ਮਤ ਦਾ ਫੁਰੇਰਾ ਪਹਿਲੇ ਬੁਲੰਦ ਹੋ ਚੁੱਕਿਆ, ਫਿਰ ਕਿਸੇ ਨੂੰ ਕੋਈ ਥੱਪੜ ਵੀ ਨਹੀਂ ਮਾਰੇਗਾ।